बच्चे लेकर दौड़ रहा हूँ सर। आज 1.5 महीने से मुझे 2 महीने से दौड़ा रहे मुझे, यहाँ इलाज हो गया, यहाँ इलाज हो गया, मेरा सारा करा के लिया, मैंने सारा टेस्ट कराया। ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ 'ਚ ਆਏ ਇੱਕ ਵਿਅਕਤੀ ਨੇ ਹਸਪਤਾਲ ਦੇ ਪ੍ਰਸ਼ਾਸਨ ਤੇ ਪਤਨੀ ਦੇ ਇਲਾਜ ਲਈ ਬੇਵਜਾਹ ਇੱਧਰ ਉੱਧਰ ਚੱਕਰ ਲਗਵਾ ਕੇ ਇਲਾਜ ਨਾ ਕਰਨ ਦੇ ਆਰੋਪ ਲਗਾਏ ਹਨ। ਪੀੜਤ ਨੇ ਦੱਸਿਆ ਕਿ ਸਰਕਾਰ ਨੂੰ ਅਜਿਹਾ ਹਸਪਤਾਲ ਬੰਦ ਕਰ ਦੇਣਾ ਚਾਹੀਦਾ ਹੈ ਜਿੱਥੇ ਮਰੀਜ਼ਾਂ ਨੂੰ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪੀੜਤ ਨੇ ਦੱਸਿਆ ਕਿ ਉਸਦੀ ਪਤਨੀ ਨੂੰ ਕਾਲਾ ਪੀ ਲਿਆ ਹੈ ਅਤੇ ਉਹ ਪਿਛਲੇ 4 ਮਹੀਨਿਆਂ ਤੋਂ ਹਸਪਤਾਲ ਦੇ ਚੱਕਰ ਲਗਾ ਰਿਹਾ ਹੈ। ਜਦ ਇਸ ਸੰਬੰਧੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਵਿਅਕਤੀ ਨੂੰ ਤੁਸੀਂ ਮੇਰੇ ਕੋਲ ਲੈ ਕੇ ਆਏ ਹੋ ਇਹ ਵਿਅਕਤੀ ਪਹਿਲਾਂ ਉਹਨਾਂ ਨੇ ਕਦੇ ਨਹੀਂ ਦੇਖਿਆ ਅਤੇ ਉਹਨਾਂ ਨੇ ਇਹਨਾਂ ਦੇ ਇਲਾਜ ਲਈ ਡਾਕਟਰ ਨੂੰ ਕਹਿ ਦਿੱਤਾ ਹੈ। ਉਦੇਰਾ ਜੀ ਕਹਾਂ ਸੇ ਆਏ ਹੋ? ਮੈਂ ਯਹੀਂ ਸੇ ਪੰਜਾਬ ਸੇ ਹੂੰ ਸਰ। ਪੰਜਾਬ ਜੋ ਕੀ ਬਾਤ ਹੋਈ ਆਪਕੇ ਰਜਿੰਦਰਾ ਹਸਪਤਾਲ ਸਰ? ਮੇਰਾ ਕਾਲਾ ਪੀ ਲਿਆ ਇਨਕਾ। ਕਿਨਕਾ? ਮੇਰੇ ਵਾਈਫ ਕਾ। ਅਜੇ ਕੀ ਨਾਮ ਹੈ ਉਨਕਾ? ਉਨਕਾ ਪਰਮੀਲਾ ਨਾਮ ਹੈ। ਤੇ ਕਿੰਨੇ ਦਿਨ ਸੇ ਇਲਾਜ ਚੱਲ ਰਿਹਾ ਰਜਿੰਦਰਾ ਹਸਪਤਾਲ? ਮੈਂ 4 ਮਹੀਨੇ ਸੇ ਦੌੜ ਰਹਾ ਹੂੰ, ਮੇਰਾ ਸੁਣਵਾਈ ਨਹੀਂ ਹੋ ਰਹਾ ਸਰ। ਕੌਣ ਹੈ, ਕੌਣ ਸਾ ਡਾਕਟਰ ਕੇ ਪਾਸ ਇਲਾਜ ਚੱਲ ਰਿਹਾ? ਮੈਂ ਇਹ ਸੰਜੂ ਡਾਕਟਰ ਕੇ ਪਾਸ ਗਿਆ ਤਾਂ ਸਰ, ਪਹਿਲੀ ਵਾਰ इन्होंने सारा टेस्ट लिखा, मैंने करवा लिया, फिर अच्छा। आज मैंने गया 4 महीने बाद, फिर मेरा टेस्ट नहीं लिखा, फिर टेस्ट लिख के दे दिए। अच्छा, क्या कहते हैं डॉक्टर? कहते हैं टेस्ट करा के यहाँ जाओ वहाँ जाओ, दौड़ा रहे हैं बस। आपको हैरेसमेंट कर रहे हैं? हाँ, सिर्फ दौड़ा रहे हैं बस, मुझे थका दिए, मैं थक गया। क्या कहते हैं, बाहर से कराओ? हाँ, ये कह रहे हैं कि यहाँ से जाओ वहाँ जाओ, बस दौड़ा रहे हैं सर। अच्छा, तुम क्या मांग करना चाहते हो? मैं सर यही कह रहा हूँ कि मैं गरीब बंदा हूँ, मेरे पास एक ही बच्चा नहीं, मेरे पास 4 बच्चे हैं, मैं पढ़ा भी रहा हूँ, और ये मेरी वाइफ है, ज़्यादा नहीं, मैं 300 रुपया दिहाड़ी कमाने वाला हूँ बंदा, लेकिन मैं कहाँ जाऊँ? आज सुबह कितने बजे से आए हो आप? मैं 8 बजे आ गया था टेम्पू से मैंने, लेकिन कोई सुनवाई नहीं, कोई नहीं सुनवाई हुई। टेस्ट लिए हैं, ये टेस्ट का फार्मूला देख लीजिए, मैंने अलग रख लिया पर्ची। क्या कहना चाहते हो, सरकारी हॉस्पिटल है? मैं कहता हूँ सर, अगर नहीं फ्री होती है तो ये बंद करवा दो रजिंद्रा, कोई बेकार का चीज़ है। मैं तो गरीब आत्मा से मेरी निकल रही है कि अगर नहीं हो सकता है गरीबों की सुनवाई, तो क्या फायदा गरीबों की सुनवाई करने से? टेस्ट बंद करवा, टेस्ट बाहर करवा रहे हैं आपके? नहीं सर, बाहर के, अब देखिए ये नहीं, टेस्ट जो आपके हुए कहाँ से कराए आपने? फ्री में हुआ, लेकिन ये टेस्ट बार बार टेस्ट लिख रहे हो, क्यों लिख रहे हो? लेकिन आपका कहना है डॉक्टर तंग परेशान कर रहे हैं, ज्यादा तंग कर रहे हैं, मुझे सुनवाई नहीं हो रही है। यहाँ जाओ 14 नंबर वार्ड से 13 नंबर वार्ड 12 नंबर वार्ड क्यों कह रहे हो आप? यानी आपको तंग हॉस्पिटल है, लेकिन ना कई लोगों का कह रहे हैं कि इतने तंग परेशान किया जा रहा है डॉक्टरों वालों। ਕੀ ਮਾਮਲਾ ਹੁਣ ਵੀ ਤੁਹਾਡੇ ਸਾਹਮਣੇ ਇੱਕ ਮਾਮਲਾ ਆਇਆ, ਉਹਦਾ ਮਾਮਲੇ ਦਾ ਕੀ ਚੱਲ, ਕੀ ਹੋਰ ਕੀਤਾ ਉਹਨਾਂ ਦਾ? ਕਿਹੜਾ ਜਿਹੜਾ ਪੇਸ਼ੈਂਟ ਤੁਸੀਂ? ਹਾਂਜੀ ਪੇਸ਼ੈਂਟ ਦਾ ਭੇਜਿਆ, ਮੈਨੂੰ ਪਹਿਲਾਂ ਫੋਲੋ ਅਪ ਕਰਨਾ, ਤੋਂ ਦੇਖ ਲੈਣ ਤੋਂ ਕੀ ਹੈਗਾ, ਮੈਨੂੰ ਮੇਰਾ ਬੇਸਿਕ ਪਰਪਸ ਮੇਰਾ ਹੈਗਾ ਪੇਸ਼ੈਂਟ ਦਾ ਇਲਾਜ ਹੋਵੇ, ਠੀਕ ਹੈ ਨਾ। ਇਹ ਪੇਸ਼ੈਂਟ ਤੁਸੀਂ ਲੈ ਕੇ ਆਇਓ ਮੇਰੇ ਕੋਲ, ਮੇਰੇ ਕੋਲ ਇਹਨੇ ਪਹਿਲਾਂ ਕਿਤੇ ਵੀ ਰਿਪੋਰਟ ਨਹੀਂ ਕੀਤਾ, ਇਹ ਕਹਿ ਰਿਹਾ 4 ਮਹੀਨੇ ਤੋਂ ਘੁੰਮ ਰਿਹਾ ਇੱਥੇ, ਮੈਨੂੰ ਇੱਧਰ ਉੱਧਰ ਭੇਜਿਆ ਜਾ ਰਿਹਾ ਹੈਗਾ, ਬਟ ਹੀ ਹੈਜ਼ ਨੈਵਰ ਰਿਪੋਰਟਡ ਹੋ ਗਈ। ਪਹਿਲੀ ਵਾਰੀ ਹੁਣ ਮੇਰੇ ਸਾਹਮਣੇ ਪੇਸ਼ ਹੋਇਆ, ਹੁਣ ਮੈਂ ਭੇਜ ਦਿੱਤਾ ਡਾਕਟਰ ਕੋਲ ਸੀਨੀਅਰ ਰਿਜ਼ਲਟਸ। ਲੇਕਿਨ ਡਾਕਟਰ ਸਾਹਿਬ ਉਹਦਾ ਬਲੇਮ ਲੱਗ ਗਿਆ ਕਿ 4 ਮਹੀਨੇ ਹੋ ਗਿਆ ਮੇਰੀ ਸੁਣਵਾਈ ਨਹੀਂ ਹੋ ਰਹੀ, ਬੋਲ ਕੇ ਮੀਡੀਆ ਪਰਸਨ ਤੁਹਾਡੇ ਕੋਲ ਲੈ ਕੇ ਆਏ। ਉਹ ਮੇਰੇ ਕੋਲ ਆ ਜਾਂਦਾ ਤਾਂ ਸੁਣਵਾਈ ਡੈਫੀਨੇਟਲੀ ਹੋਣੀ ਸੀ, ਐਸੀ ਕੋਈ ਗੱਲ ਨਹੀਂ ਹੈ। ਮੇਰੇ ਕੋਲ ਪੇਸ਼ੈਂਟ ਹੋਰ ਵੀ ਆਉਂਦੇ, ਉਸੇ ਵੇਲੇ ਜਿੱਥੇ ਵੀ ਕੋਈ ਪ੍ਰੋਬਲਮ ਹੁੰਦੀ ਉਹਨੂੰ ਸੋਲਵ ਆਊਟ ਕੀਤਾ ਜਾਵੇ। ਤੇ ਹੁਣ ਇਹਦਾ ਪ੍ਰੋਬਲਮ ਸੋਲਵ ਹੋ ਗਈ ਹੈ ਸਰ? ਡੈਫੀਨੇਟਲੀ ਹੋਏਗੀ, ਨਾ ਹੋਣ ਦਾ ਮਤਲਬ ਹੀ ਕੋਈ ਨਹੀਂ।